ਰਾਹੀਮ ਅਸਲਾਮ ਵਾਲੇਕੁਮ। ਅੱਜ ਤੁਹਾਨੂੰ ਦੱਸਾਂਗੇ ਅਸੀਂ ਕਰੇਲੇ ਬਣਾਉਣ ਲੱਗੇ ਤਾਂ ਕਿਸ ਤਰ੍ਹਾਂ ਬਣਾਵਾਂਗੇ। ਨਵੇਂ ਮੌਸਮ ਦੀ ਮਾਸ਼ਾਅੱਲਾ ਸਬਜ਼ੀ ਹੈ, ਸੋਹਣੇ ਕਰੇਲੇ ਨੇ। 1 ਕਿਲੋ ਕਰੇਲੇ ਲੈ ਲੈਣੇ ਅਸੀਂ। ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਛਿੱਲ ਕਿਸ ਤਰੀਕੇ ਨਾਲ ਛਿੱਲਣੇ। ਥੋੜ੍ਹਾ ਥੋੜ੍ਹਾ ਛਿਲਕਾ ਇਸ ਤਰ੍ਹਾਂ ਲਾ ਲੈਣਾ ਉੱਤੋਂ। ਅੱਛਾ, ਤਾਂ ਦੇਖੋ ਮਾਸ਼ਾਅੱਲਾ ਅਸੀਂ ਸਾਰੇ ਕਰੇਲੇ ਇਸ ਤਰੀਕੇ ਨਾਲ ਛਿੱਲੇ ਨੇ। ਇਸ ਤਰ੍ਹਾਂ ਅਸੀਂ ਨਮਕ ਲਾ ਲਾਂਗੇ ਇਹਨੂੰ। ਨਮਕ ਸਾਡਾ ਇਹਨਾਂ ਲੱਗ ਗਿਆ ਕਰੇਲਿਆਂ ਨੂੰ, ਅਸੀਂ ਟੋਕਰੀ 'ਚ ਰੱਖ ਦਾਂਗੇ ਇਹਨਾਂ ਨੂੰ ਇਸ ਤਰ੍ਹਾਂ। ਮਾਸ਼ਾਅੱਲਾ ਬੜੀ ਤੇਜ਼ ਧੁੱਪ ਨਿਕਲੀ ਤਾਂ ਸਾਡੇ ਇੱਧਰ, ਅਸੀਂ ਕਰੇਲੇ ਧੁੱਪੇ ਰੱਖ ਦਿੱਤੇ ਨੇ। 3 ਘੰਟੇ ਅਸੀਂ ਇਸ ਤਰ੍ਹਾਂ ਰਹਿਣ ਦਾਂਗੇ ਇਹਨਾਂ 'ਚ, ਚੰਗੀ ਤਰ੍ਹਾਂ ਪਾਣੀ ਨਿਕਲ ਜਾਏਗਾ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕਰੇਲਿਆਂ ਦੱਸਾਂਗੇ ਕਿਸ ਤਰ੍ਹਾਂ ਭਰਨੇ ਨੇ ਅਤੇ ਕਿਸ ਤਰ੍ਹਾਂ ਅਸੀਂ ਪਕਾਉਣੇ ਨੇ। ਅਸੀਂ ਰੱਖ ਲਏ ਸੀ 2-3 ਘੰਟੇ, ਉਹਨਾਂ ਨੂੰ ਧੋ ਕੇ ਅਸੀਂ ਇਸ ਤਰ੍ਹਾਂ ਵੀ ਚਲੀ ਚੀਰਾ ਲਾ ਲਿਆ। ਮਾਸ਼ਾਅੱਲਾ ਬੀਜ ਤਾਂ ਬਿਲਕੁਲ ਹੀ ਨਹੀਂ ਹੈ ਇਹਦੇ ਵਿੱਚ, ਤਾਜ਼ੇ ਕਰੇਲੇ ਬਿਲਕੁਲ। ਅਤੇ ਅਸੀਂ ਫਿਰ ਪਿਆਜ਼ ਕੱਟ ਲਏ ਵੱਡਾ 1, ਅਤੇ ਚਨੇ ਅਸੀਂ ਲਏ ਉਬਲੇ ਦੇ, ਚਨੇ ਅਸੀਂ ਚੱਠੂ 'ਚ ਕੁੱਟ ਲਏ ਨੇ, ਕੁੱਟ ਕੇ ਅਸੀਂ ਵਿੱਚ ਇਹਦੇ ਜਿਹੜਾ ਕਰੇਲਿਆਂ ਦੇ ਵਿੱਚ ਭਰਾਂਗੇ। ਵਿੱਚ ਅਸੀਂ ਪਾ ਲਿਆ ਪੁਦੀਨਾ, ਸੁੱਕਾ ਧਨੀਆ ਪੀਸਾ ਹੋਇਆ, ਲਾਲ ਮਿਰਚ 1 ਚਮਚ, ਦਾਦਣ ਮਿਰਚ 1 ਚਮਚ, ਪੁਦੀਨਾ ਕੱਟ ਕੇ ਪਾਇਆ ਅਸੀਂ, ਫਿਰ ਇਹਦੇ 'ਚ ਮੇਥੀ ਪਾਈ ਹੈ ਥੋੜ੍ਹੀ ਜਿਹੀ। ਮਾਸ਼ਾਅੱਲਾ ਅਸੀਂ ਇਸ ਤਰੀਕੇ ਨਾਲ ਭਰ ਲਾਂਗੇ ਸਾਰੇ, ਅਸੀਂ ਮਸਾਲੇ ਵਿੱਚ ਪਾ ਦਿੱਤੇ ਨੇ, ਮਸਾਲਾ ਅਸੀਂ ਕਰੇਲਿਆਂ 'ਚ ਇਸ ਤਰੀਕੇ ਨਾਲ ਭਰ ਲਾਂਗੇ। ਇਸ ਤਰੀਕੇ ਨਾਲ ਜੋੜ ਕੇ ਬਿਲਕੁਲ ਸਾਰਾ ਇਸੇ ਤਰ੍ਹਾਂ ਇਸ ਧਾਗਾ ਜਿਹੜਾ ਬਲੇਟ ਦੇਵਾਂਗੇ ਇਹਦੇ ਉੱਤੇ, ਸਾਰੀਆਂ ਕਰੇਲਿਆਂ 'ਚ ਇਸੇ ਤਰ੍ਹਾਂ ਹੀ ਬਲੇਟਾਂਗੇ। ਇਨਸ਼ਾਅੱਲਾ ਜਦ ਤਲ ਲੱਗਿਆ ਸਾਡਾ ਮਸਾਲਾ ਬਾਹਰ ਨਾ ਨਿਕਲੇ। ਐਸਾ ਐਸੇ ਕੱਟ ਗਿਆ ਮਾਸ਼ਾਅੱਲਾ, ਧਾਗਾ ਬਲੇਟ ਆ ਗਿਆ ਬਿਲਕੁਲ। ਜਿਸ ਤਰ੍ਹਾਂ ਮਰਜ਼ੀ ਅਸੀਂ ਤਲਾਂਗੇ ਤਾਂ ਮਸਾਲਾ ਬਾਹਰ ਨਹੀਂ ਆਏਗਾ। ਕਰੇਲੇ ਜਿਹੜੇ ਅਸੀਂ ਭਰ ਕੇ ਰੱਖੇ ਸੀ ਮਾਸ਼ਾਅੱਲਾ ਮਸਾਲੇ ਦੇ, ਉਹ ਅਸੀਂ ਲੱਗਿਆ ਹੁਣ ਤਲਣ। ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਤਲਨੇ, ਤੁਸੀਂ 2 ਦੇ 1-1 ਕਰਕੇ ਵੀ ਤਲ ਸਕਦੇ ਹੋ, ਲੇਕਿਨ ਕਾਫੀ ਖੁੱਲੀ ਕੜਾਹੀ ਹੈ। 1 ਕੱਪ ਅਸੀਂ ਆਇਲ ਦਾ ਪਾ ਦਿੱਤਾ ਵਿੱਚ, ਅਸੀਂ ਇਹਨਾਂ ਨੂੰ ਕਰੇਲਿਆਂ ਨੂੰ ਜਿੰਨੇ ਕਿ ਇਹਦੇ 'ਚ ਕੜਾਹੀ 'ਚ ਆਉਂਦੇ ਨੇ ਮਾਸ਼ਾਅੱਲਾ ਉਨੇ ਕੁ ਰੱਖ ਦਾਂਗੇ ਅਸੀਂ। ਹੁਣ ਅਸੀਂ ਕੱਪ 1 ਦੁੱਧ ਆ ਜਿਹੜਾ ਨਾ ਉਹ ਅਸੀਂ ਪਾਵਾਂਗੇ ਇਹਦੇ 'ਚ। ਜਾਂ ਫਿਰ ਕਰੇਲੇ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਗਰਮ ਹੁੰਦੇ ਨੇ, ਦੁੱਧ ਨਾਲ ਠੰਡੀ ਹੋ ਜਾਏਗੀ, ਨਰਮ ਰਹਿਣਗੇ ਅਤੇ ਨਾਲੇ ਕਰੇਲੇ ਨਰਮ ਰਹਿਣਗੇ, ਨਰਮ ਪੱਕਣਗੇ। ਜਿਹੜੇ ਬਹੁਤ ਜ਼ਿਆਦਾ ਜਲਦੇ ਸਖਤ ਹੋ ਜਾਂਦੇ ਨੇ ਉਹ ਨਹੀਂ ਹੋਣਗੇ, ਨਰਮ ਰਹਿਣ ਤੋਂ ਬਿਲਕੁਲ ਬੜਾ ਮਜ਼ੇਦਾਰ ਬਣਦੇ। ਇਹਨਾਂ ਨੂੰ ਹਲਕੀ ਅੱਗ 'ਤੇ ਅਸੀਂ ਥੋੜ੍ਹੀ ਦੇਰ ਲਾਲ ਹੋਣ ਦੇਵਾਂਗੇ, ਉਸ ਤੋਂ ਬਾਅਦ ਇਹਨਾਂ ਨੂੰ ਦੂਸਰਾ ਪਾਸਾ ਪਰਤਾਵਾਂਗੇ। ਹਲਕੀ ਅੱਗ 'ਤੇ ਅਸੀਂ ਰੱਖ ਦਿੱਤੇ ਨੇ ਕਰੇਲੇ, ਹਲਕੀ ਅੱਗ 'ਤੇ ਲਾਲ ਹੋਣਗੇ, ਬਹੁਤ ਤੇਜ਼ ਅੱਗ 'ਤੇ ਉਹਨਾਂ ਕਰੇਲੇ ਸੜ ਜਾਣਗੇ, ਅੰਦਰ ਉਹ ਸਾਡਾ ਮਸਾਲਾ ਕੱਚਾ ਰਹੇਗਾ। ਹਲਕੇ ਹਲਕੇ ਲਾਲ ਹੋ ਰਹੇ ਨੇ, ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਅਸੀਂ ਇਹ ਦੇਖੋ ਇੱਧਰੋਂ ਬੜੇ ਸੋਹਣੇ ਲਾਲ ਹੋ ਗਏ ਨੇ। ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਸਾਈਡ ਵਰਤਾ ਦੇਵਾਂਗੇ ਇਹਨਾਂ ਦੀ ਦੂਸਰੇ ਪਾਸੇ ਨਾ, ਇੱਧਰੋਂ ਵੀ ਹੋ ਗਏ ਨੇ ਮਾਸ਼ਾਅੱਲਾ, ਇੱਧਰੋਂ ਵੀ ਹੋ ਗਏ ਨੇ, ਇਹਨਾਂ ਦੀ ਸਾਈਡ ਸਾਰੀ ਆਉਂਦੀ, ਅਸੀਂ ਇਸੇ ਤਰ੍ਹਾਂ ਹੀ ਨਾ ਬਦਲ ਦੇਵਾਂਗੇ ਦੂਸਰੇ ਪਾਸੋਂ, ਨਾਲੇ ਸਾਰੇ ਇੱਕੋ ਜਿਹੇ ਚੰਗੀ ਤਰ੍ਹਾਂ ਬਰਾਊਨ ਹੋ ਜਾਣ। ਜਿਹੜੇ ਸਾਡੇ ਵਿੱਚ ਵਿੱਚ ਜਿਹੜੇ ਮਾਸ਼ਾਅੱਲਾ ਬਿਲਕੁਲ ਲਾਲ ਹੋ ਗਏ ਨੇ ਇਸ ਤਰ੍ਹਾਂ, ਇਹਨਾਂ ਨੂੰ ਅਸੀਂ ਕੱਢਾਂਗੇ ਬਾਹਰ ਕੜਾਹੀ 'ਚੋਂ। ਮਾਸ਼ਾਅੱਲਾ ਬਿਲਕੁਲ ਤਲ ਕੇ ਤਿਆਰ ਹੋ ਗਏ ਨੇ, ਅਤੇ ਜਿਹੜਾ ਸਾਡਾ ਵਿੱਚ ਥੋੜ੍ਹਾ ਬਹੁਤਾ ਮਸਾਲਾ ਨਿਕਲਿਆ ਸੀ ਉਹ ਲਾਲ ਹੋ ਗਿਆ ਸੀ ਬਿਲਕੁਲ, ਉਹਨੂੰ ਅਸੀਂ ਚਮਚੀ ਨਾਲ ਮਸਾਲੇ 'ਚੋਂ ਬਾਹਰ ਕੱਢ ਲਿਆ, ਅਸੀਂ ਰੱਖ ਲਿਆ ਇੱਕ ਸਾਈਡ 'ਤੇ। ਇਹਨੂੰ ਵੀ ਨਾਲ ਮਾਸ਼ਾਅੱਲਾ ਰੋਟੀ ਦੇ ਖਾਵਾਂਗੇ, ਬੜਾ ਮਜ਼ਾ ਆਏਗਾ। ਕਰੇਲੇ ਵੇਖੋ ਕਿੰਨੇ ਸੋਹਣੇ ਬਣ ਗਏ ਨੇ ਸਾਡੇ, ਬਿਲਕੁਲ ਤਿਆਰ ਹੋ ਗਏ ਨੇ। ਸਾਡੀ ਵੀਡੀਓ ਪਸੰਦ ਆਈ ਹੈ ਸਾਨੂੰ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਅਗਲੀ ਡਿਸ਼ ਨਾਲ, ਨਵੀਂ ਨਵੀਂ ਡਿਸ਼ ਤੁਹਾਨੂੰ ਦਿਖਾਵਾਂਗੇ। ਬਸ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ ਸਾਨੂੰ ਸਾਡੇ ਚੈਨਲ ਨੂੰ ਫੋਲੋ ਕਰਨ ਦੇ ਦਿਓ, ਅਤੇ ਫਿਰ ਤੁਹਾਨੂੰ ਨਵੀਂ ਨਵੀਂ ਡਿਸ਼ ਮਿਲਦੀ ਰਹੇਗੀ। ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਰਹਾਂਗੇ।